haben sie महला पंचवा माई मेरे मन को सुख कूट आनंद राज सुख भुगवे हर सिमरत बिनसै सब दुख माई मेरे मन को सुख कोट आनंद राज सुख भुगवे हर सिमरत बिनसै सब दुख राम कोट जन के किन विख नासे देख स्वरूप पूर्ण भैया सा दर्शन प्रेरित पुत्र
ਮਨ ਪ੍ਰਕਾਸ਼ ਹੋ ਜਾਂਦਾ ਹੈ ਕਿ ਆਪਾਂ ਯੋਗ ਕਰਾਂਗੇ ਸਾਡੇ ਹੱਥ ਬਾਰੇ ਕੁਛ ਵੀ ਨਹੀਂ ਹੁੰਦਾ, ਸਾਰਾ ਜਨਮ ਵਿਅਰਥ ਹੋ ਜਾਂਦਾ, ਸਾਡੀ ਕੋਈ ਵੀ ਮਦਦ ਨਹੀਂ ਹੁੰਦਾ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਵਿੱਚ ਲਾਹੌਰ ਵਿੱਚ ਇੱਕ ਗੁਰੂ ਮਹਾਰਾਜ ਦਾ ਸਿੱਖ ਸੀ, ਪਤਾ ਮੈਨੂੰ ਇਹ ਕੁਰਬਾਨ ਕਰਦਾ ਸੀ, ਸੱਚ ਬੋਲਦਾ ਸੀ, ਪੂਰਾ ਬੋਲਦਾ ਸੀ, ਗਰੀਬਾਂ ਦੀ ਮਦਦ ਨਹੀਂ ਕਰਦਾ ਸੀ, ਨਾਮ ਕਰਦਾ ਸਿੱਖ ਸੇਵਾ ਹੈ ਕੋਈ ਮੇਰਾ ਇੱਕ
ਦੇਖ ਆ ਗਈਆਂ ਨੇ ਤੇਰੇ ਤੇ ਦਰਖਾਸਤ ਦਿੱਤੀ ਹੈ ਇਹਦਾ ਫੈਸਲਾ ਹੋ ਗਿਆ ਇਸ ਕਰਕੇ ਕੱਲ੍ਹ ਨੂੰ ਕਿਹਾ ਤੁਸੀਂ ਪਹਿਲਾਂ ਹੱਥ ਪਾਓ ਠੀਕ ਹੈ ਬਹੁਤ ਅੱਛਾ ਤੁਹਾਨੂੰ ਵਰਤਣ ਸਾਨੂੰ ਕਹਿ ਕੇ ਸਿੱਧੇ ਪਾਤਸ਼ਾਹ ਮੇਰਾ ਤਾਂ ਤੂੰ ਹੀ ਹੱਥ ਪਾ ਦਿੱਤਾ ਨੌਕਰੀ ਤੋਂ ਖਾਰਜ ਇਹਨੂੰ ਧੱਕੇ ਦੇ ਕੇ ਬਿਜਾਈ ਚੋਂ ਕੱਢ ਦਿੱਤਾ ਜਾਏ ਇੱਕਦਮ ਬਾਹਰ ਸੜ ਗਈ ਇੱਕ ਉੱਪਰੋਂ ਨੌਕਰੀ ਚਲੀ ਗਈ ਇੱਕ ਅਪਮਾਨ ਕੀਤਾ ਗਿਆ ਇਹ ਘਰ ਬੈਠਿਆ ਹੋਇਆ ਸੋਚੀ ਜਾਂਦਾ ਰਾਤ ਨੂੰ ਨੀਂਦ ਕਿੱਥੇ ਆਉਂਦੀ ਹੈ ਕਿੱਥੇ ਸਟੋਰ ਹੈ ਕਿਤੇ ਉੱਥੇ ਨਾ ਪਿਆ ਹੋਵੇ ਤਾਂ ਪੈਸਾ ਉਹਨੇ ਘਰ ਆ ਕੇ ਸਾਰੀ ਰਾਤ ਨੂੰ ਸਟੋਰ 'ਚ ਦੇਖੀ ਗਿਆ ਅਤੇ ਇੱਕ ਤੌਲੇ ਵਿੱਚ ਲਿਖਿਆ ਸੀ ਜਮਾਲਦੀਨ ਖਾਨ ਦੇ 400 ਸੋਨੇ ਦੀ ਮੋਹਰ ਇਹਦੇ ਵਿੱਚ ਮੇਰੇ ਕੋਲੇ ਅਫਾਜ ਵਾਸਤੇ ਰੱਖੀ ਜੋ ਕੁੜੀਆਂ ਦੇ ਵਿਆਹ ਮੌਕੇ ਲੈਣੀ ਸੀ ਬੜਾ ਮਨ ਤੇ ਅਸਰ ਪਿਆ ਮੈਂ ਗੁਰੂ ਪਾਣੀ ਮੈਂ ਗੁਰੂ ਜੀ ਦਾ ਝੂਠ ਬੋਲਿਆ ਅਤੇ ਮੇਰੀ ਫਿਰ ਵੀ ਬਾਂਹ ਨੂੰ ਸੇਕ ਨਹੀਂ ਲੱਗਿਆ ਉਹਨੇ ਤੌਲਾ ਚੱਕਿਆ ਅਤੇ ਰਾਤ ਦੇ 12 ਵਜੇ ਉਹ ਖਾਨ ਦੇ ਘਰ ਚਲਿਆ ਗਿਆ ਉਹਨੂੰ ਕਿੱਥੇ ਨੀਂਦ ਆਉਂਦੀ ਸੀ ਜਿਹੜਾ ਬੈਠਾ ਰੋਈ ਜਾਂਦਾ ਸੀ ਬਹੁਤ ਇਮਾਨਦਾਰ ਅਤੇ ਇੱਜ਼ਤਦਾਰ ਸੀ ਆਦਮੀ ਜਮਾਲਦੀਨ ਉਹਨੂੰ ਕਿਹਾ ਬਾਹਰ ਖੋਲ ਮੈਂ ਉਹ ਹੈਗਾ ਸਿੱਖਾਂ ਤੋਂ ਆਪਣੇ ਉਪਰ ਆਇਆ ਸੀ ਉਹਨਾਂ ਨੇ ਔਰ ਰਗੜੇ ਰੁਕੀਏ ਕਿਹਾ
ये कहते हैं कि मेरे पास है तो उसे जाएगी उसे जाएगी इतने की मदद नहीं होती गुरु महाराज का एक स्वरूप डर के उधर से पता सिख की मदद हुई वो उसे क्रिया क्रिया मरना जरा उतना नहीं रहेगा हम सीखा लीजिए गुरु महाराज ये साथी थे अपने नाम के लिए वो क्या वो करते थे उधर जाएंगे उधर उधर मदद की समझ नहीं होती वाहे गुरु जी का आशीर्वाद।